ਮਨਦੀਪ ਸਿੱਧੂ ਸਾਡੇ ਨਾਲ ਨੇ। ਸਿੱਧੂ ਸਾਹਿਬ, ਅੱਜ ਤੁਹਾਡੇ ਨਾਲ ਗੱਲਬਾਤ ਕਰ ਰਹੇ ਹਾਂ। ਕੁਝ ਦਿਨ ਪਹਿਲਾਂ ਸਰਬਜੀਤ ਸਿੰਘ ਖਾਲਸਾ ਹੋਰਾਂ ਨੇ ਮੈਂਬਰ ਪਾਰਲੀਮੈਂਟ, ਉਹਨਾਂ ਨੇ ਸਾਫ਼ ਤੌਰ 'ਤੇ ਤੁਹਾਡੇ ਨਾਮ ਦਾ ਐਲਾਨ ਕਰ ਦਿੱਤਾ ਕਿ ਗਿੱਦੜਬਾਹਾ ਤੋਂ ਤੁਸੀਂ ਉਹਨਾਂ ਦੇ ਉਮੀਦਵਾਰ ਹੋਵੋਗੇ, ਨਹੀਂ ਹੋ ਤਾਂ ਚੋਣ ਲੜਨ ਦੀ ਤਿਆਰੀ ਹੈ? ਦੇਖੋ, ਸਭ ਤੋਂ ਪਹਿਲਾਂ ਤਾਂ ਮੈਂ ਇਹ ਗੱਲ ਕਹੂੰਗਾ ਵੀ ਬਾਈ ਸਰਬਜੀਤ ਸਿੰਘ ਖਾਲਸਾ, ਉਹਨਾਂ ਦਾ ਮੈਂ ਧੰਨਵਾਦ ਕਰੂੰਗਾ ਵੀ ਜਿਨ੍ਹਾਂ ਨੇ ਐਡੀ ਵੱਡੀ ਪੰਥ ਦੀ ਜ਼ਿੰਮੇਵਾਰੀ ਮੇਰੇ ਉੱਪਰ ਸੌਂਪੀ ਆ। ਅਤੇ ਦੂਸਰੀ ਗੱਲ ਇਹ ਕਹਿਣਾ ਚਾਹੂੰਗਾ ਵੀ ਮੈਂ ਕੱਲ੍ਹ ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਉਹਨਾਂ ਨੂੰ ਡਿਬਰੂਗੜ੍ਹ ਜੇਲ੍ਹ ਵਿੱਚ ਮਿਲ ਕੇ ਆਇਆ ਗਾ। ਅਤੇ ਸਭ ਤੋਂ ਜ਼ਰੂਰੀ ਗੱਲ ਜੋ ਇਹ ਹੈ ਵੀ ਇਲੈਕਸ਼ਨ ਅਸੀਂ ਲੜਾਂਗੇ, ਵੀ ਜਿਵੇਂ ਬਾਈ ਦੀਪ ਕਹਿੰਦਾ ਹੁੰਦਾ ਸੀ ਵੀ ਕੋਈ ਸਪੇਸ ਖਾਲੀ ਨਹੀਂ ਛੱਡਣੀ, ਪਰ ਇਹ ਇਲੈਕਸ਼ਨ ਲੜਾਂਗੇ ਭਾਈ ਅੰਮ੍ਰਿਤਪਾਲ ਸਿੰਘ ਜੀ ਦੀ ਰਹਿਨੁਮਾਈ ਹੇਠ, ਉਹਨਾਂ ਦੀ ਅਸੀਂ ਪਰੋਲ 'ਤੇ ਵਰਕ ਕਰ ਰਹੇ ਹਾਂਗੇ ਵੀ ਉਹ ਬਾਹਰ ਆ ਜਾਣ ਅਤੇ ਉਹਨਾਂ ਦੇ ਨਾਲ ਰਲ ਕੇ ਫਿਰ ਇਹ ਇਲੈਕਸ਼ਨ ਲੜੀ ਜਾਊਗੀ ਜੀ। ਅੱਛਾ, ਉਹਨਾਂ ਦੀ ਪੈਰੋਲ ਨੂੰ ਲੈ ਕੇ ਤੁਸੀਂ ਵਕੀਲ ਵੀ ਹੋ, ਕਾਨੂੰਨੀ ਚਾਰਾਜੋਈ ਸ਼ੁਰੂ ਕਰ ਰਹੇ ਹੋ, ਔਰ ਕੀ ਕੋਈ ਆਸਾਰ ਹੈ? ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਉਹਨੇ ਪੈਰੋਲ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਸ਼ੰਕਾਵਾਂ ਪੈਦਾ ਹੋਈਆਂ। ਦੇਖੋ, ਇਹਦੇ ਬਾਰੇ ਹੀ ਗੱਲ ਹੋਈ ਹੈ ਕਿ ਕੱਲ੍ਹ ਜਿਵੇਂ ਜਦੋਂ ਮੈਂ ਮਿਲੇ ਹਾਂ ਉਹਨਾਂ ਨੂੰ, ਉਦੋਂ ਇਸ ਗੱਲ 'ਤੇ ਵਿਚਾਰ ਹੋਏ ਆ ਵੀ ਪੈਰੋਲ, ਜਿਵੇਂ ਹੁਣ ਤੁਸੀਂ ਪਿੱਛੇ ਜੇ ਦੇਖਿਆ ਦਿੱਲੀ ਹਾਈਕੋਰਟ ਦਾ ਆਪਣਾ ਆਰਡਰ ਸੀਗਾ, ਰਾਸ਼ੀ ਜਿਹੜੇ ਜੂਨੀਅਰ ਉਹ ਹੈਗੇ ਇੰਜੀਨੀਅਰ ਉਹਨਾਂ ਨੂੰ ਵੀ ਦਿੱਲੀ ਹਾਈਕੋਰਟ ਨੇ ਪੈਰੋਲ ਦਿੱਤੀ ਆ ਫੋਰ ਦਾ ਇਲੈਕਸ਼ਨਸ, ਅਤੇ ਇਹ ਜੇ ਉਹਨਾਂ ਨੂੰ ਹੋ ਸਕਦੀ ਹੈ ਕਿਉਂਕਿ ਦੇ ਆਰ ਆਲਸੋ ਔਨ ਦਾ ਸੇਮ ਫੁਟਿੰਗਸ ਵੀ ਉਹ ਮੈਂਬਰ ਪਾਰਲੀਮੈਂਟ ਵੀ ਆ, ਉਹ ਦੇ ਆਰ ਡਿਟੇਨਡ ਅੰਡਰ NSA ਐਂਡ UAP ਐਕਟ ਲੱਗਿਆ ਹੋਇਆ ਇਹਨਾਂ 'ਤੇ, ਚਲੋ ਆਪਣੇ ਸਿੰਘਾਂ 'ਤੇ UAPA ਨਹੀਂ ਹੈਗਾ ਗਾ, ਅਤੇ ਉਹੀ ਫੁਟਿੰਗ ਨੂੰ ਅਸੀਂ ਅੱਗੇ ਰੱਖ ਕੇ ਉਹ ਆਰਡਰ ਨੂੰ ਅੱਗੇ ਰੱਖ ਕੇ ਸਾਨੂੰ ਵੀ ਪੂਰੀ ਉਮੀਦ ਆ ਵੀ ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਖਾਲਸਾ ਜੀ ਨੂੰ ਵੀ ਇਸ 'ਤੇ ਪਰੋਲ ਮਿਲ ਜੂਗੀ ਅਤੇ ਫਿਰ ਅਸੀਂ ਜਿਹੜੀ ਇਲੈਕਸ਼ਨ ਦਾ ਆਗਾਜ਼ ਉੱਥੋਂ ਕਰਾਂਗੇ। ਅੱਛਾ, ਤੁਸੀਂ ਹੁਣ ਇੱਕ ਤਾਂ ਸਪਸ਼ਟ ਤੌਰ 'ਤੇ ਮੰਨ ਲਈ ਕਿਉਂਕਿ ਤੁਹਾਡੇ ਨਾਮ ਦਾ ਤਾਂ ਐਲਾਨ ਹੋ ਚੁੱਕਿਆ, ਤਾਂ ਮਨਦੀਪ ਸਿੰਘ ਸਿੱਧੂ ਹੁਣ ਉਮੀਦਵਾਰ ਹੋਣਗੇ ਅਤੇ ਚੋਣ ਲੜਨਗੇ, ਚੋਣ ਲੜਨ ਦੀ ਸਮਝ ਲਈਏ ਕਿ ਹੁਣ ਤੁਸੀਂ ਤਿਆਰੀ ਕਰਤੀ ਹੈ, ਗਿੱਦੜਬਾਹਾ ਤੋਂ ਤੁਸੀਂ ਚੋਣ ਮੈਦਾਨ 'ਚ ਨਜ਼ਰ ਆਓਗੇ? ਨਹੀਂ, ਚੋਣ ਮੈਦਾਨ 'ਚ ਤਾਂ ਦੇਖੋ ਅਸੀਂ ਵੀ ਉਸ 'ਚ ਕੋਈ ਹਜੇ ਤਿਆਰੀ ਕਰ ਰਹੇ ਹੈਗੇ ਜਿਵੇਂ ਆਪਣੇ ਸਰਬਜੀਤ ਸਿੰਘ ਖਾਲਸਾ ਜੀ ਨੇ ਕਿਹਾ, ਪਰ ਚੋਣ ਲੜਾਂਗੇ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ, ਉਹਨਾਂ ਨੂੰ ਪਰੋਲ ਜਾਂ ਬੇਲ ਲੈਣ ਤੋਂ ਬਾਅਦ ਵੀ ਕੋਸ਼ਿਸ਼ ਆ ਵੀ ਅਸੀਂ ਪਹਿਲਾਂ ਲੈ ਲਈਏ ਅਤੇ ਉਸ ਤੋਂ ਬਾਅਦ ਅਸੀਂ ਇਸ ਚੀਜ਼ 'ਤੇ ਫਾਈਨਲ ਜਿਵੇਂ ਸਾਰਾ ਸਿੱਟਾ ਕੱਢੀਏ। ਅੱਛਾ, ਤੁਸੀਂ ਮੁਲਾਕਾਤ ਕਰਕੇ ਹੋ, ਹੋਰ ਉੱਥੇ ਕਿਸ ਤਰ੍ਹਾਂ ਦੀ ਚਰਚਾ ਹੋਈ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ, ਕਿਉਂਕਿ ਬੜੇ ਦਾਅਵੇ ਕੀਤੇ ਜਾਂਦੇ ਸੀਗੇ? ਫਿਰ ਇਹਦਾ ਮਤਲਬ ਜੇ ਤੁਸੀਂ ਚੋਣ ਲੜ ਰਹੇ ਹੋ ਤਾਂ ਫਿਰ ਤੁਹਾਨੂੰ ਸਭ ਤੌਰ 'ਤੇ ਮੰਨ ਲਈਏ ਕਿ ਹੁਣ ਤੁਸੀਂ ਸਿਆਸਤ ਦਾ ਹਿੱਸਾ ਬਣ ਰਹੇ ਹੋ, ਪੋਲੀਟੀਕਲ ਪਾਰਟੀ ਦੇ ਤੌਰ 'ਤੇ ਲੜੋਗੇ ਜਾਂ ਇੰਡੀਪੈਂਡੈਂਟ ਲੜੋਗੇ, ਉਹਦਾ ਅੱਗੇ ਦੀ ਰੂਪਰੇਖਾ ਕੀ ਹੋਏਗੀ? ਕਿਉਂਕਿ ਇਹ ਚੀਜ਼ ਦੇ ਕਲੀਅਰ ਨਹੀਂ ਹੋਈ, ਸਰਬਜੀਤ ਸਿੰਘ ਖਾਲਸਾ ਔਰ ਅੰਮ੍ਰਿਤਪਾਲ ਸਿੰਘ ਖਾਲਸਾ ਹੋਣੀ ਇੰਡੀਪੈਂਡੈਂਟ ਤੌਰ 'ਤੇ ਲੜੇ ਨੇ। ਦੇਖੋ, ਜਿਹੜੀ ਪਹਿਲਾਂ ਵਾਲੀ ਆਪਣੀ ਮੈਂਬਰ ਪਾਰਲੀਮੈਂਟ ਵਾਲੀ ਇਲੈਕਸ਼ਨ ਸੀਗੀ, ਉਹ ਆਪਾਂ ਇਹਨਾਂ ਦੋਨੋਂ ਸੀਟਸ 'ਤੇ ਐਜ਼ ਆ ਇੰਡੀਵਿਜੁਅਲ ਕੈਂਡੀਡੇਟ ਜਿਵੇਂ ਆਜ਼ਾਦ ਉਮੀਦਵਾਰਾਂ ਦੇ ਰੂਪ ਵਿੱਚ ਲੜੀ ਗਈ ਆ, ਅਤੇ ਪਰ ਹੁਣ ਜਿਹੜੀ ਅਸੀਂ ਗੱਲ ਕਰਦੇ ਹਾਂ ਵੀ ਪੰਜਾਬ ਦੇ, ਕੱਲ੍ਹ ਜੇ ਉੱਥੇ ਡਿਬਰੂਗੜ੍ਹ ਜੇਲ੍ਹ ਵਿੱਚ ਪੰਜਾਬ ਦੇ ਮੁੱਦਿਆਂ ਬਾਰੇ ਵੀ ਗੱਲ ਹੋਈ ਆ ਵੀ ਮੁੱਦਿਆਂ ਨੂੰ ਆਪਾਂ ਇੱਕ ਫਰੇਮਡ ਰੂਪ ਵਿੱਚ, ਲਿਖਤੀ ਰੂਪ ਵਿੱਚ ਕਰੀਏ ਅਤੇ ਉਹਨਾਂ ਨੂੰ ਐਜ਼ ਆ ਕੋਨਸਟੀਟਿਊਸ਼ਨ ਫੋਰਮ ਕਰਕੇ ਇੱਕ ਅਸੀਂ ਜਿਵੇਂ ਆਪਾਂ ਕਹਿ ਲਈਏ ਵੀ ਪੋਲੀਟੀਕਲ ਪਾਰਟੀ ਦੇ ਆਗਾਜ਼ ਵੱਲ ਵੀ ਅਸੀਂ ਉਹਦੇ ਬਾਰੇ ਵੀ ਵਿਚਾਰ ਹੋਏ ਆ ਵੀ ਬਹੁਤ ਜਲਦ ਉਹਦੇ ਬਾਰੇ ਵੀ ਤੁਹਾਨੂੰ ਅਪਡੇਟਸ ਕਰਾਂਗੇ ਅਤੇ ਜਿਹੜੇ ਪੰਜਾਬ ਦੇ ਮੁੱਦੇ ਆ ਉਹਨਾਂ ਨੂੰ ਵੀ ਅਸੀਂ ਪੰਜਾਬ ਦੀ ਸੰਗਤ ਦੇ ਰੂਬਰੂ ਬਹੁਤ ਜਲਦੀ ਕਰਾਂਗੇ। ਇਹ ਉਹ ਮੁੱਦੇ ਹੋਣਗੇ ਜੋ ਪੰਜਾਬ ਦੇ ਲੋਕਾਂ ਦੇ ਹਿੱਤ ਦੇ ਹੋਣਗੇ ਅਤੇ ਜਿਹੜਾ ਆਪਣਾ ਜਿਵੇਂ ਆਪਾਂ ਪਿਛਲੇ ਸਮੇਂ ਚਲੇ ਜਾਈਏ ਵੀ ਜੋ ਸ਼੍ਰੀ ਅਨੰਦਪੁਰ ਸਾਹਿਬ ਵਾਲਾ ਮਤਾ ਸੀਗਾ ਇੱਕ ਸਟੇਟ ਦੇ ਵੱਧ ਅਧਿਕਾਰਾਂ ਦੀ ਗੱਲ ਸੀਗੀ, ਇਹ ਉਹਨਾਂ ਨੂੰ ਮੁੱਖ ਰੱਖ ਕੇ
ਉਥੋਂ ਹੋਣਗੇ ਜੀ। ਸਭ ਤੋਂ ਪਹਿਲਾਂ ਵੀ ਸ੍ਰੀ ਆਨੰਦਪੁਰ ਸਾਹਿਬ ਵਾਲਾ ਮਤਾ ਉਹਨੂੰ ਮੁੱਖ ਰੱਖ ਕੇ ਮੁੱਦੇ ਤੇ ਪੰਜਾਬ ਦੇ ਲੋਕਾਂ ਦੇ ਤੇ ਉਹਨਾਂ ਨੂੰ ਹਿੱਤ ਚ ਰੱਖ ਕੇ ਬਣਾਏ ਜਾਣਗੇ ਤੇ ਬਹੁਤ ਜਲਦੀ ਸੰਗਤ ਦੇ ਰੂਬਰੂ ਹੋਣਗੇ। ਯਾਨੀ ਹੁਣ ਇੱਕ ਸਪਸ਼ਟ ਤੌਰ ਤੇ ਮੰਨ ਲਈਏ ਵੀ ਭਾਈ ਅਮਰਪਾਲ ਸਿੰਘ ਖਾਲਸਾ ਦੇ ਨਾਲ ਤੁਹਾਡੀ ਇਸ ਵਿਸ਼ੇ ਤੇ ਚਰਚਾ ਹੋ ਗਈ ਖੁੱਲ ਕੇ, ਯਾਨੀ ਹੁਣ ਤੁਸੀਂ ਇੱਕ ਪੋਲੀਟੀਕਲ ਪਾਰਟੀ ਬਣਾਉਣ ਵੱਲ ਸਟੈਪ ਚੱਕਣਾ ਸ਼ੁਰੂ ਕਰਤਾ? ਨਹੀਂ ਦੇਖੋ, ਜਿਵੇਂ ਬਾਈ ਦੀਪ ਵੀ ਕਹਿੰਦਾ ਹੁੰਦਾ ਸੀਗਾ ਵੀ ਆਪਾਂ ਸਪੇਸ ਕੋਈ ਖਾਲੀ ਨਹੀਂ ਛੱਡਣੀ। ਹੁਣ ਜੇ ਆਪਣੇ ਨੌਜਵਾਨ ਸਿੱਖ ਜੇ ਆਪਾਂ ਗੱਲ ਕਰ ਲਈਏ, ਜਿਵੇਂ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ, ਉਹ ਸਿੱਖੀ ਨਾਲ ਵੀ ਨੌਜਵਾਨਾਂ ਨੂੰ ਜੋੜਦੇ ਸੀ, ਨਸ਼ੇ ਛਡਾਉਂਦੇ ਸੀ। ਅਸੀਂ ਧਾਰਮਿਕ ਪੱਖ ਦੇ ਨਾਲ ਨਾਲ ਅਸੀਂ ਪੋਲੀਟੀਕਲ ਪੱਖ ਵੀ ਆਪਾਂ ਅਨਟੱਚ ਨਹੀਂ ਛੱਡਣਾ। ਜਿਵੇਂ ਬਾਈ ਕਹਿੰਦਾ ਸੀ ਵੀ ਕੋਈ ਵੀ ਸਪੇਸ ਨਹੀਂ ਖਾਲੀ ਛੱਡਣੀ। ਜੇ ਪੰਜਾਬ ਦੀ ਗੱਲ ਜਿੱਥੇ ਵੀ ਆਊਗੀ, ਜਿੱਥੇ ਵੀ ਸਿੱਖੀ ਦੀ ਗੱਲ ਆਊਗੀ, ਉੱਥੇ ਜਿਹੜੇ ਵੀ ਸਟੈਪ ਤੇ ਆ ਕੇ ਉਤਰਨਾ ਪਿਆ ਉਤਰਾਂਗੇ। ਤਾਂ ਆਨੰਦਪੁਰ ਸਾਹਿਬ ਦੇ ਮਤੇ ਨੂੰ ਲੈ ਕੇ ਸਮਝ ਲਈਏ ਜਾਂ ਸੂਬੇ ਨੂੰ ਵੱਧ ਅਧਿਕਾਰ ਦੇਣ ਦੀ ਗੱਲ ਕਹਿ ਲਈਏ ਕਿ ਜੋ ਪਿਛਲੇ ਸਮੇਂ ਦੇ ਦੌਰਾਨ ਸੂਬੇ ਨੂੰ ਵੱਧ ਅਧਿਕਾਰਾਂ ਦੀਆਂ ਲੜਾਈਆਂ ਲੜੀਆਂ ਗਈਆਂ, ਤਾਂ ਉਸ ਲੜਾਈ ਦੀ ਇੱਕ ਨਵੇਂ ਸਿਰੇ ਤੋਂ ਤੁਸੀਂ ਸ਼ੁਰੂਆਤ ਕਰਨ ਦੀ ਤਿਆਰੀ ਕਹਿ ਲਈਏ, ਔਰ ਇੱਕ ਨਵੇਂ ਢੰਗ ਦੇ ਨਾਲ ਇੱਕ ਨਵੀਂ ਪੋਲੀਟੀਕਲ ਪਾਰਟੀ ਦੇ ਤਹਿਤ? ਦੇਖੋ, ਜਿਹੜੀਆਂ ਵੀ ਆਪਣੀਆਂ ਜੇ ਆਪਾਂ ਰੀਜਨਲ ਪਾਰਟੀ, ਜਿਹੜੀ ਆਪਣੀ ਰੀਜਨਲ ਪੋਲੀਟੀਕਲ ਪਾਰਟੀ ਆ, ਉਹਨਾਂ ਨੇ ਵੀ ਆਗਾਜ਼ ਉੱਥੋਂ ਹੀ ਸ਼ੁਰੂ ਕੀਤਾ ਗਿਆ ਸੀਗਾ ਵੀ ਸ੍ਰੀ ਆਨੰਦਪੁਰ ਸਾਹਿਬ ਵਾਲਾ ਮਤਾ ਸਟੇਟ ਦੇ ਵੱਧ ਅਧਿਕਾਰ, ਪਰ ਉਹ ਆਉਂਦੇ ਆਉਂਦੇ ਆਪਦੇ ਮੁੱਦਿਆਂ ਤੋਂ ਖੁੰਝ ਕੇ, ਮੈਂ ਕਹੂੰਗਾ, ਤੇ ਉਸ ਨੂੰ ਅੱਜ ਕਿਸੇ ਨੇ ਯਾਦ ਵੀ ਨਹੀਂ ਕੀਤਾ ਗਾ। ਇਹ ਜਿਵੇਂ ਬਾਈ ਦੀਪ ਨੇ ਆਪਾਂ ਨੂੰ ਸ੍ਰੀ ਆਨੰਦਪੁਰ ਸਾਹਿਬ ਵਾਲਾ ਮਤਾ ਸਟੇਟ ਦੇ ਵੱਧ ਅਧਿਕਾਰ, ਉਹਨਾਂ ਬਾਈ ਨੇ ਇਹ ਆਪਣੇ ਵਿੱਚ ਦੁਬਾਰਾ ਉਹ ਚੀਜ਼ ਲਿਆਂਦੀ ਸੀਗੀ, ਤਾਂ ਕਿਉਂ ਨਹੀਂ ਉਸ ਚੀਜ਼ ਤੋਂ ਹੀ ਵਰਕ ਕੀਤਾ ਜਾਵੇ ਵੀ ਇੱਕ ਸਟੇਟ ਕੋਲ ਆਪਦੇ ਸਪੈਸ਼ਲ ਰਾਈਟਸ ਹੋਣੇ ਚਾਹੀਦੇ ਆ, ਸਪੈਸ਼ਲ ਜਿਹੜੀਆਂ ਪਾਵਰਸ ਹੋਣੀਆਂ ਚਾਹੀਦੀਆਂ। ਸੋ ਵੀ ਸ਼ੁੱਡ ਵਰਕ ਔਨ ਇਟ, ਤੇ ਆਪਾਂ ਨੂੰ ਵੀ ਇੱਕ ਚਾਹੀਦਾ ਵੀ ਇਹੀ ਆ ਵੀ ਆਪਣੀ ਸਟੇਟ ਕੋਲ ਵੱਧ ਅਧਿਕਾਰ ਹੋਣ ਤੇ ਸਪੈਸ਼ਲ ਪਾਸ ਹੋਣ, ਤਾਂ ਕਰਕੇ ਇੱਕ ਆਪਾਂ ਖੁਸ਼ਹਾਲ ਵੀ ਜਿੰਨੇ ਰਾਈਟਸ ਆਪਾਂ ਨੂੰ ਡਿਊਰਿੰਗ ਦਾ ਟਾਈਮ ਆਫ ਇੰਡੀਪੈਂਡੈਂਸ ਜੋ ਵਾਅਦੇ ਕੀਤੇ ਗਏ ਸੀ, ਆਪਾਂ ਉਹਨਾਂ ਤੇ ਵਰਕਆਊਟ ਕਰੀਏ ਤੇ ਆਪਾਂ ਉਹ ਇੰਪਲੀਮੈਂਟ ਕਰਾਈਏ। ਅੱਛਾ, ਮੈਂ ਜਿੱਥੋਂ ਸ਼ੁਰੂਆਤ ਕੀਤੀ ਸੀ, ਮੈਂ ਇੱਕ ਵਾਰੀ ਫਿਰ ਤੋਂ ਆਖਰੀ ਸਵਾਲ ਦੇ ਤੌਰ ਤੇ ਮੈਂ ਇਹਨੂੰ ਸਮਝ ਰਿਹਾ ਕਿ ਚੋਣ ਤੁਸੀਂ ਉਮੀਦਵਾਰ ਵਜੋਂ ਮੈਦਾਨ ਦੇ ਵਿੱਚ ਨਜ਼ਰ ਆ ਰਹੇ ਹੋ, ਤਾਂ ਤੁਸੀਂ ਕਹਿ ਰਹੇ ਹੋ ਕਿ ਉਹਨਾਂ ਦੀ ਰਹਿਨਮਾਈ ਦੇ ਹੇਠ, ਅੰਮ੍ਰਿਤਪਾਲ ਸਿੰਘ ਖਾਲਸਾ ਦੀ ਰਹਿਨਮਾਈ ਹੇਠ ਤੁਸੀਂ ਚੋਣ ਲੜਨੀ ਆ, ਉਹਨਾਂ ਦੀ ਜ਼ਮਾਨਤ 'ਤੇ ਕੰਮ ਕਰਨਾ, ਉਹਨਾਂ ਦੀ ਜ਼ਮਾਨਤ ਹੁੰਦੀ ਆ ਤਾਂ ਤੁਸੀਂ ਚੋਣ ਲੜੋਗੇ, ਜਾਂ ਫਿਰ ਜੇ ਉਹਨਾਂ ਦੀ ਜ਼ਮਾਨਤ ਨਹੀਂ ਹੁੰਦੀ ਤਾਂ ਫਿਰ ਇਹ ਸਿਆਸੀ ਜੰਗ ਹੈ ਜਿਹੜੀ ਉਹਨਾਂ ਦੇ ਆਉਣ ਤੱਕ ਟਾਲੀ ਜਾਏਗੀ ਔਰ ਇੱਕ ਪੋਲੀਟੀਕਲ ਪਾਰਟੀ ਬਣਨ ਉਪਰੰਤ ਇਹ ਚੋਣ ਲੜੀ ਜਾਏਗੀ? ਨਹੀਂ, ਦੇਖੋ ਇਹ ਗੱਲ ਆ ਵੀ ਤੁਸੀਂ ਜੇ ਮੈਂ ਸਾਰੀ ਜਿਹੜੀ ਸੰਗਤ ਆਪਣਾ ਇੰਟਰਵਿਊ ਸੁਣ ਰਹੀ ਆ, ਤੁਸੀਂ ਦੱਸੋ ਵੀ ਕੀ ਆਪਣੇ ਜੋ ਨੌਜਵਾਨ ਸਿੱਖ ਜੇਲ੍ਹਾਂ ਵਿੱਚ ਬੈਠੇ ਆ ਉਹਨਾਂ ਨੂੰ ਇੰਨਾ ਕੀ ਹਾਰਸ਼ ਸਟੇਟ ਗਵਰਨਮੈਂਟ ਦਾ, ਜੇ ਆਪਾਂ ਕਹਿ ਲਈਏ ਉਹਨਾਂ ਦੇ ਅਗੇਂਸਟ ਸੀਗੇ ਵੀ ਉਹਨਾਂ ਨੂੰ NSA ਜੋ ਕਿ 2 ਸਾਲ ਤੱਕ ਹੁਣ ਇੰਪਲੀਮੈਂਟ ਹੋ ਚੁੱਕੀ ਆ, ਕਿਉਂ ਉਹ ਬਾਹਰ ਉਹਨਾਂ ਕੋਲ ਰਾਈਟ ਜਿਹੜੇ ਆਪਣੇ ਜੇ ਆਪਾਂ ਇੰਡੀਅਨ ਕੋਨਸਟੀਟਿਊਸ਼ਨ ਦੇ ਅਕੋਰਡਿੰਗਲੀ ਆਪਾਂ ਗੱਲ ਕਰ ਲਈਏ ਤਾਂ ਬੇਲ ਆਪਣਾ ਰਾਈਟ ਹੈ, ਅਤੇ ਉਹ ਜੇ ਹੋਰ ਕਿਸੇ ਕੈਂਡੀਡੇਟ ਨੂੰ ਮੰਨ ਲਓ ਹੋ ਸਕਦੀ ਹੈ ਜਾਂ ਕਿਸੇ ਪਰਸਨ ਨੂੰ ਹੋ ਸਕਦੀ ਹੈ ਤਾਂ ਇਹਨਾਂ ਨੂੰ ਕਿਉਂ ਨਹੀਂ ਹੋ ਸਕਦੀ? ਬਿਲਕੁਲ ਇਹ ਗੱਲ ਆ ਵੀ ਅਸੀਂ ਜਿਹੜੀ ਇਲੈਕਸ਼ਨ ਆ ਉਹਨਾਂ ਦੀ ਰਹਿਨੁਮਾਈ ਹੇਠ ਹੀ ਲੜਾਂਗੇ ਇਹ, ਅਤੇ ਜੇ ਇਨ ਕੇਸ ਪਰੋਲ 'ਤੇ ਅਸੀਂ ਵਰਕ ਕਰ ਰਹੇ ਹਾਂ ਵੀ ਉਹਨੂੰ ਆਨਰੇਬਲ ਹਾਈਕੋਰਟ ਵਿੱਚ ਅਸੀਂ ਚੈਲੇਂਜ ਕਰਾਂਗੇ, ਉਹਦੇ ਰਿਗਾਰਡ 'ਚ ਜਾਵਾਂਗੇ, ਜੇ ਉਹਦੀ ਸਾਨੂੰ ਅੱਗੇ ਅਪੀਲ 'ਚ ਜਾਂ ਹੋਰ ਸੁਪਰੀਮ ਕੋਰਟ ਜਾਣਾ ਪਿਆ ਉੱਥੇ ਵੀ ਜਾਵਾਂਗੇ, ਅਸੀਂ ਇਹਦੇ 'ਤੇ ਵਰਕ ਕਰ ਰਹੇ ਹਾਂਗੇ। ਬਹੁਤ ਜਲਦੀ ਤੁਹਾਡੇ ਰੂਬਰੂ, ਸਾਰੀ ਸੰਗਤ ਦੇ ਰੂਬਰੂ ਕੋਈ ਨਾ ਕੋਈ ਅਸੀਂ ਇਹਦੇ ਬਾਰੇ ਅਪਡੇਟ ਵੀ ਲੈ ਕੇ ਆਵਾਂਗੇ ਜਿਹੜੀ ਅੱਗੇ ਚੱਲ ਰਹੀ ਹੈਗੀ, ਅਤੇ ਆਸ ਇਹੀ ਕਰਦੇ ਹਾਂ ਵੀ ਆਪਣੇ ਜਿਹੜੇ ਉੱਥੇ ਮੈਂਬਰ ਪਾਰਲੀਮੈਂਟ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਜੇਲ੍ਹ ਵਿੱਚ ਬੰਦ ਆ ਉਹਨਾਂ ਨੂੰ ਪਰੋਲ, ਕਿਉਂਕਿ ਜੇ ਦੇਖੋ ਆਪਾਂ ਇਹਨਾਂ ਨੂੰ ਵੀ ਹੋ ਸਕਦੀ ਆ, ਮੌਜੂਦਾ ਸਰਕਾਰ ਦੇ ਜੇ ਆਪਾਂ ਗੱਲ ਕਰੀਏ ਤਾਂ ਇਹਨਾਂ ਦੇ ਦਿੱਲੀ ਵਾਲੇ CM ਆ ਉਹਨਾਂ ਨੂੰ ਵੀ ਤਾਂ ਪਰੋਲ ਇਹੀ ਇਲੈਕਸ਼ਨ ਬੇਸ 'ਤੇ ਦਿੱਤੀ ਗਈ ਸੀਗੀ, ਤਾਂ ਫਿਰ ਉਹੀ ਗੱਲ ਆ ਜਾਂਦੀ ਆ ਫਿਰ ਸਿੱਖਾਂ ਵੇਲੇ ਇਹ ਚੀਜ਼ ਜਿਹੜਾ ਫਰਕ ਕਿਉਂ ਕੀਤਾ ਜਾਂਦਾ ਗਾ।
ਤਾਂ ਉਮੀਦ ਇਹੀ ਕਰਦੇ ਹਾਂ ਵੀ ਅਸੀਂ ਲੀਗਲੀ ਆਪਦੀ ਲੜਾਈ ਲੜ ਕੇ ਉਸ ਵਿੱਚ ਕਾਮਯਾਬ ਹੋਵਾਂਗੇ, ਤੇ ਜਿਹੜੀ ਇਲੈਕਸ਼ਨ ਦਾ ਡਿਸੀਜਨ ਆ ਜੀ ਉਹ ਵੀ ਅਸੀਂ ਪੈਰੋਲ ਦੇ ਬਾਅਦ ਹੀ ਇਸ ਚੀਜ਼ ਤੇ ਲਵਾਂਗੇ, ਤੇ ਬਾਕੀ ਜਿਹੜੀ ਇਲੈਕਸ਼ਨ ਆ ਜੀ ਉਹ ਅਸੀਂ ਲੱਗਦਾ ਇਹੀ ਆ ਵੀ ਅਸੀਂ ਉਹਨਾਂ ਦੀ ਜਦੋਂ ਪੈਰੋਲ ਤੇ ਆ ਕੇ ਉਦੋਂ ਬਾਅਦ ਹੀ ਡਿਸੀਜਨ ਲਵਾਂਗੇ। ਜਿਹੜੀ ਜੇ ਇੱਕ ਅੱਧਾ ਪਰਸੈਂਟ ਮੰਨ ਕੇ ਚੱਲੀਏ, ਚਲੋ ਤੁਸੀਂ ਵਕੀਲ ਹੋ, ਤੁਹਾਨੂੰ ਲੱਗਦਾ ਕਿ ਜ਼ਮਾਨਤ ਹੋਏਗੀ, ਜੇ ਉਹ ਬਾਹਰ ਨਹੀਂ ਆਉਂਦੇ ਤਾਂ ਡਿਸੀਜਨ ਤੁਹਾਡਾ ਇਲੈਕਸ਼ਨ ਲੜਨ ਦਾ ਕੀ ਰਹੇਗਾ? ਨਹੀਂ ਦੇਖੋ ਉਹਦੇ ਬਾਰੇ ਵੀ ਫਿਰ ਫੈਸਲਾ ਬੈਠ ਕੇ ਸਾਰਿਆਂ ਦੇ, ਜਿਵੇਂ ਹੁਣ ਸਾਰੀ ਜਿਵੇਂ ਕਹਿ ਲੂੰਗਾ ਵੀ ਸੰਗਤ ਦੇ ਰੂਪ ਵਿੱਚ ਹੀ ਇਹ ਫੈਸਲਾ ਹੋਇਆ ਤਾਂ ਅੱਗੇ ਵੀ ਜਿਹੜਾ ਫੈਸਲਾ ਹੋਊਗਾ ਇਲੈਕਸ਼ਨ ਲੜਨਾ ਜਾਂ ਨਹੀਂ, ਜੇ ਪੈਰੋਲ ਨਹੀਂ ਹੁੰਦੀ ਫਿਰ ਵੀ ਸਾਰੀ ਸੰਗਤ ਦੇ ਰੂਪ ਵਿੱਚ ਬੈਠ ਕੇ ਹੀ ਇਹ ਫੈਸਲਾ ਲਵਾਂਗੇ। ਤਾਂ ਮਨਦੀਪ ਸਿੰਘ ਸਿੱਧੂ, ਦੀਪ ਸਿੱਧੂ ਦੇ ਭਾਈ ਨੇ ਸਾਫ਼ ਤੌਰ ਤੇ ਦਾਅਵਾ ਕਰਦੇ ਨੇ, ਉਮੀਦਵਾਰ ਇਹਨਾਂ ਨੂੰ ਸਾਫ਼ ਐਲਾਨ ਦਿੱਤਾ ਗਿਆ ਸਰਬਜੀਤ ਸਿੰਘ ਖਾਲਸਾ ਦੇ ਵੱਲੋਂ ਗਿੱਦੜਬਾਹਾ ਉਪ ਚੋਣ ਦੇ ਲਈ, ਔਰ ਕਹਿੰਦੇ ਨੇ ਕਿ ਪਹਿਲਾ ਏਜੰਡਾ ਅੰਮ੍ਰਿਤਪਾਲ ਸਿੰਘ ਖਾਲਸਾ ਮੈਂਬਰ ਪਾਰਲੀਮੈਂਟ ਖਡੂਰ ਸਾਹਿਬ ਦੀ ਜ਼ਮਾਨਤ ਸਾਡਾ ਪਹਿਲਾ ਏਜੰਡਾ ਕਹਿੰਦੇ ਨੇ, ਔਰ ਹੁਣ ਕਾਨੂੰਨੀ ਲੜਾਈ, ਕਿਉਂਕਿ ਵਕੀਲ ਵੀ ਨੇ ਤਾਂ ਸੁਪਰੀਮ ਕੋਰਟ ਤੱਕ ਉਹਨਾਂ ਦੀ ਕਾਨੂੰਨੀ ਲੜਾਈ ਲੜ ਕੇ ਜ਼ਮਾਨਤ ਕਰਾਉਣਾ ਕਹਿੰਦੇ ਨੇ ਕਿ ਮੇਰਾ ਪਹਿਲਾ ਮਕਸਦ ਹੈ, ਤੇ ਜਦੋਂ ਉਹ ਬਾਹਰ ਆਉਣਗੇ ਉਹਨਾਂ ਦੀ ਅਗਵਾਈ ਹੇਠ ਕਹਿੰਦੇ ਨੇ ਕਿ ਚੋਣ ਲੜੀ ਜਾਵੇਗੀ। ਨਾਲ ਹੀ ਇੱਕ ਹੋਰ ਵੱਡਾ ਐਲਾਨ, ਡਿਬਰੂਗੜ੍ਹ ਜੇਲ੍ਹ ਦੇ ਵਿੱਚ ਮੁਲਾਕਾਤ ਤੋਂ ਬਾਅਦ ਜਿਹੜਾ ਇਹ ਕਰ ਰਹੇ ਨੇ, ਕਹਿੰਦੇ ਨੇ ਕਿ ਜਲਦੀ ਇੱਕ ਰਾਜਨੀਤਿਕ ਪਾਰਟੀ ਤੁਹਾਨੂੰ ਨਜ਼ਰ ਆਏਗੀ ਜਿਹੜੀ ਪੰਥਕ ਧੜੇ ਦੇ ਵੱਲੋਂ ਚਲਾਈ ਜਾਏਗੀ, ਅਨੰਦਪੁਰ ਸਾਹਿਬ ਦੇ ਮਤੇ ਨੂੰ ਮੁੱਖ ਰੱਖ ਕੇ ਉਸ ਪਾਰਟੀ ਦਾ, ਉਸਦੇ ਸੰਵਿਧਾਨ ਦਾ ਗਠਨ ਹੋਵੇਗਾ। ਤਾਂ ਯਾਨੀ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਵਾਰ ਫਿਰ ਤੋਂ ਨਵੀਂ ਹਲਚਲ ਦੇਖਣ ਨੂੰ ਮਿਲ ਸਕਦੀ ਹੈ।